ਪੰਜਾਬ ਦੇ ਪਾਣੀ ਵਾਲੇ ਮੁੱਦੇ ਤੇ ਆਪਣਾ ਸਟੈਂਡ ਕਲੀਅਰ ਕਰਨ, ਸੈਕੰਡਲੀ ਖੇਤੀ ਕਾਨੂੰਨਾਂ ਨੂੰ ਆਪਣੇ ਦਿੱਲੀ ਦੇ ਵਿੱਚ ਲਾਗੂ ਕੀਤਾ ਹੋਇਆ ਉਹਨਾਂ ਨੂੰ ਹੁਣੇ ਹੀ ਆਪਣੇ ਰੱਦ ਕਰਨ, ਤੀਸਰੀ ਗੱਲ ਪਰਾਲੀ ਤੇ ਆਪਣਾ ਸਟੈਂਡ ਸਪਸ਼ਟ ਕਰਨ, ਚੌਥੀ ਗੱਲ ਕੇਜਰੀਵਾਲ ਸਾਹਿਬ ਝੂਠੇ ਵਾਅਦੇ ਨਾ ਕਰਨ। ਪਹਿਲਾਂ ਵੀ ਪੰਜਾਬ ਨਾਲ ਝੂਠੇ ਵਾਅਦੇ ਕੀਤੇ ਗਏ, ਕੋਈ ਸੀਐਮ ਦਾ ਚਿਹਰਾ ਨਹੀਂ ਦਿੱਤਾ ਗਿਆ। ਪਹਿਲਾਂ ਕਿਹਾ ਜਾਂਦਾ ਸੀਗਾ ਕਿ ਆਪਣੇ ਸੁੱਚਾ ਸਿੰਘ ਛੋਟੇਪੁਰ ਜੀ ਦੀ ਸੀਡੀ ਇਹਨਾਂ ਨੇ ਰਿਲੀਜ਼ ਕਰਨੀ ਆ। ਕਿੱਥੇ ਆ ਉਹ ਸੀਡੀ, ਮੈਨੂੰ ਦਿਖਾਓ, ਤੁਸੀਂ ਦੇਖੀ ਹੋਈ ਸੀਡੀ ਉਹ ਕਿੱਥੇ ਆ ਸੀਡੀ? ਉਹ ਹੁਣ ਭਗਵੰਤ ਮਾਨ ਸਾਹਿਬ ਨੂੰ ਸਾਈਡਲਾਈਨ ਕੀਤਾ ਹੋਇਆ, ਅਸੀਂ ਕੀ ਕੀ ਦੇਖੀਏ ਕਿ ਕੀ ਦੇਖ ਕੇ ਵੋਟ ਪਾਈਏ? ਸਾਡਾ ਜਿਹੜਾ ਲੀਡਰ ਹੋਊਗਾ ਕੌਣ ਹੋਊਗਾ ਸਾਨੂੰ ਕੀ ਪਤਾ? ਅਸੀਂ ਕਿਸੇ ਪਾਰਟੀ ਨੂੰ ਬਿਲੋਂਗ ਨਹੀਂ ਕਰਦੇ ਜੀ। ਮੈਂ ਇਹਨਾਂ ਨੂੰ ਮਿਸਗਾਈਡਡ ਲੀਡਰ ਮੰਨਦਾ, ਇਹ ਸਿਰਫ ਰਾਜਨੀਤੀ ਕਰ ਰਹੇ ਨੇ ਪੈਸਿਆਂ ਖਾਤਰ। ਪਿਛਲੇ ਸਾਲ ਆਪਣੇ ਪਿਛਲੇ ਟਰਮ ਦੇ ਵਿੱਚ ਆਏ ਨੇ, ਪੈਸੇ ਇਕੱਠੇ ਕਰਕੇ ਉਦੋਂ ਬਾਅਦ ਯੂਪੀ 'ਚ ਚਲੇ ਗਏ, ਠੀਕ ਆ ਜੀ, ਆਪਣੇ ਬੰਦੇ ਭੇਜ ਕੇ ਕਿ ਟਿਕਟਾਂ ਇਹਨਾਂ ਨੇ ਕਰੋੜ ਕਰੋੜ ਰੁਪਏ ਦੀਆਂ ਵੇਚੀਆਂ, ਇਹ ਇਹਨਾਂ ਦੇ ਅੰਦਰੂਨੀ ਗੱਲਾਂ ਨੇ। ਕੋਰ ਕਮੇਟੀ ਦੀਆਂ ਦੇ ਵਿੱਚ ਜੇ ਨਹੀਂ ਗੱਲਾਂ ਹੋਈਆਂ ਤਾਂ ਮੈਨੂੰ ਦੱਸਣ, MLA ਦੇ ਨਾਲ ਦੱਸਣ ਦੇ ਨਹੀਂ ਪੈਸੇ ਲਏ। ਇਹ ਵਿਰੋਧ ਜਾਰੀ ਰਹੂਗਾ ਬਿਲਕੁਲ ਜੀ। ਪਰਾਲੀ ਦਾ ਧੂੰਆਂ ਪੰਜਾਬ ਤੋਂ ਹਰਿਆਣੇ 'ਚ ਜਾਂਦਾ ਨਹੀਂ, ਸਿੱਧਾ ਹੀ ਦਿੱਲੀ 'ਚ ਚਲੇ ਜਾਂਦਾ। ਇਹੋ ਜਿਹਾ ਕਿਹੜਾ ਪਾਈਪ ਲੱਗਿਆ ਹੋਇਆ ਕਿ ਜਿਹੜਾ ਸਿਰਫ ਦਿੱਲੀ ਚਲੇ ਜਾਂਦਾ? ਵਿਰੋਧ ਪ੍ਰਦਰਸ਼ਨ ਦਾ ਤਰੀਕਾ ਜਿਹੜਾ ਇਹੀ ਰੱਖੋਗੇ ਜਾਂ ਕੋਈ? ਅਸੀਂ ਜੀ ਕੋਈ ਕਾਨੂੰਨ ਦੇ ਵਿੱਚ ਹੱਥ ਨਹੀਂ ਲੈਣਾ, ਕਾਨੂੰਨ ਨੂੰ ਹੱਥ ਦੇ ਵਿੱਚ ਨਹੀਂ ਲੈਣਾ। ਅਸੀਂ ਸ਼ਾਂਤਮਈ ਵਿਰੋਧ ਕੀਤਾ, ਅੱਜ ਕਰਦੇ ਰਹਾਂਗੇ, ਪਰ ਇਹਨਾਂ ਦੇ ਗੁੰਡਿਆਂ ਨੇ ਬਦਮਾਸ਼ੀ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਅੱਜ, ਠੀਕ ਆ ਜੀ। VIP ਕਲਚਰ ਬਣਾਇਆ ਆਪਣੇ ਕੇਜਰੀਵਾਲ ਸਾਹਿਬ, ਆਪਣੇ ਰੇਡੀਅਸ ਦੇ ਵਿੱਚ 10-15 ਗੁੰਡੇ ਰੱਖਦੇ ਨੇ, ਉਹ ਗੁੰਡੇ ਆਪਣੇ ਧੱਕੇ ਮਾਰਦੇ ਨੇ ਸਾਨੂੰ। ਅਸੀਂ ਕੀ ਕਹਿਣਾ ਚਾਹੁੰਦੇ ਹਾਂ ਕਿ ਪਰਾਲੀ ਦਾ ਧੂੰਆਂ ਸਿਰਫ ਦਿੱਲੀ ਹੀ ਜਾਂਦਾ ਹੈ, ਪੰਜਾਬ ਤੋਂ ਥੋੜ੍ਹੀ ਜਾਂਦਾ ਧੂੰਆਂ ਹਰਿਆਣੇ 'ਚੋਂ ਵੀ ਜਾਂਦਾ ਜੀ, ਅਤੇ ਇੱਕ ਪਾਣੀਆਂ ਦਾ ਵੀ ਹਰਿਆਣੇ ਦਾ, ਉਹ ਇੱਕ ਸਪਸ਼ਟ ਕਰਨ ਆਪਣਾ ਬਿਆਨ, ਵੀ ਇੱਕ ਸਟੈਂਡ ਰੱਖਣ ਆਪਦਾ। ਅਤੇ ਹੋਰ ਅਸੀਂ ਕਹਿਣਾ ਚਾਹੁੰਦੇ ਹਾਂ ਆਹ ਰੱਦ ਕਰਨ ਕਾਨੂੰਨ ਬਿੱਲ ਕਿਸਾਨਾਂ ਵਾਲੇ। ਹਾਂਜੀ ਕਰਦੇ ਰਹਾਂਗੇ ਜੀ, ਲੈ ਕੇ ਜਾਣਾ ਵਾ। ਉਸ ਤੋਂ ਬਾਅਦ ਪੰਜਾਬ ਦਾ ਧੂੰਆਂ ਦਿੱਲੀ ਜਾਂਦਾ ਜੀ। ਤੁਸੀਂ ਕਿਸਾਨੀ ਦਾ, ਅਸੀਂ ਇਹ ਕਰਕੇ ਕਹਿੰਦੇ ਹਾਂ ਕਿ ਤੁਸੀਂ ਕਿਸਾਨ ਦਿੱਲੀ ਬੈਠੇ ਹੋ, ਤੁਸੀਂ ਕਿਸਾਨੀ ਜਿਹੜੇ 3 ਕਾਲੇ ਕਾਨੂੰਨ ਆ ਉਹ ਰੱਦ ਕਰਾਓ। ਤੁਸੀਂ ਆ ਕੇ ਇੱਥੇ ਮੀਟਿੰਗਾਂ ਕਰ ਰਹੇ ਹੋ, ਸਾਰਾ ਕੁਝ ਕਰ ਰਹੇ ਹੋ, ਇਸ ਖਿਲਾਫ਼ ਅਸੀਂ ਵਿਰੋਧ ਕੀਤਾ ਜੀ। ਅਸੀਂ ਕਿਸੇ ਵੱਲ, ਅਸੀਂ ਆਮ ਹਾਂ, ਅਸੀਂ ਕਿਸੇ ਔਰਗਨਾਈਜ਼ਰ ਕਿਸਾਨ ਹਾਂ ਜੀ।